ਨੀਸ਼ਾ ਨੀਸ਼ਾ ਗੱਲ ਸੁਣ ਮੇਰੀ ਨਿਕਲੋ ਜਾ ਹਾਏ ਰੱਬਾ ਮੈਂ ਕੀ ਕਰ ਛੜਿਆ ਵਾ ਆਪਣੇ ਪੈਰਾਂ ਤੇ ਆਪੇ ਕਵਾੜੀ ਮਾਰ ਛੜੀ ਆ ਹਾਏ ਇਹਦਾ ਸ਼ਦੈਨ ਜੀ ਦਾ ਪਤਾ ਵੀ ਕੋਈ ਨਹੀਂ ਆ ਭਵੇਂ ਪਰਸ ਲੈ ਕੇ ਕਰਨੂ ਆ ਜੇ ਹਾਏ ਹੁਣ ਮੈਂ ਕਰਾਂਗੀ ਐਦਾਂ ਕਰਦੀ ਆ ਮੰਮੀ ਤੇ ਆਪਣੇ ਤੇ ਕੱਪੜੇ ਤੋਂ ਹੁੰਡੀਆਂ ਵਾ ਗੇਟ ਟੋ ਜੰਨੀ ਆ ਇਹਨੂੰ ਘਰ ਜਾ ਕੇ ਸਮਝਾ ਕੇ ਆਉਣਾ ਪੈਣਾ ਵਾ ਇੰਨੇ ਨਹੀਂ ਐਦਾਂ ਅੱਖੇ ਲੱਗਣਾ ਹੋਰ ਨਾ ਕੋਈ ਸਿਆਪਾ ਪਾ ਕੇ ਰੱਖ ਦੇਵੇ ਕਿੱਡੀ ਐ ਚਲਾਕ ਜਨਾਨੀ ਐ ਇੱਕ-ਇਦੀਆਂ ਗੱਲਾਂ ਮੰਨੋ ਤੇ ਦੂਜੀਆਂ ਦੇ ਚੀਜ਼ਾਂ ਰੱਖੋ ਮੈਨੂੰ ਕਹਿੰਦੀ ਘਰ ਦੇ ਤੰਗ ਕਰਦੇ ਆ ਜਿਹੜੇ ਹਿਸਾਬ ਨਾਲ ਇਹ ਗੱਲਾਂ ਕਰਦੀ ਮਿੰਤ ਲੱਗਦਾ ਕਰਦਿਆਂ ਨੂੰ ਇਹ ਤੰਗ ਕਰਦੀ ਆ ਆਈ ਵੱਡੀ ਜੀਤ ਮੇਰਾ ਕਰਨ ਡਿਆ ਵਾ ਲੈ ਕੇ ਜਾਵਾਂ ਪਰਸ ਹੁਣੇ ਦੇ ਕੇ ਆਵਾਂ ਇਹਦੇ ਘਰ ਦੇ ਸਾਹਮਣੇ ਨੂੰ ਲੱਗ ਪਤਾ ਜਾਵੇ ਹਾਏ ਨਾ ਨੀsha ਮੈਂ ਤੇਰੀ ਗੱਲ ਸੁਣ ਲਈ ਆ ਵੇਲਾ ਮੇਰੀ ਭੈਣ ਹਾ ਕੰਮ ਨਾ ਕਰੀ ਅਛਾ ਕੜੀ ਕਿਉਂ ਨਾ ਦੋਆ ਮਿੰਟਾਂ ਤੱਕ ਤੂੰ ਮੈਨੂੰ ਉੱਥੇ ਟੱਪ ਚ ਰਹਾ ਤਾ ਵਾ ਇੱਕ ਤੇਰਾ ਮੈਂ ਸਾਥ ਦੇਣ ਦੀ ਆ ਉਦੋਂ ਤੂੰ ਮੈਨੂੰ ਗੱਲਾਂ ਕਰੀ ਜਾਣ ਦੀ ਆ ਹਾਏ ਹਾਏ ਨੀsha ਤੂੰ ਉਥੇ ਗੁੱਸਾ ਹੀ ਕਰ ਗਈ ਆ ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਾਂ ਦੀ ਮੈਂ ਤੈਨੂੰ ਇਹ ਕਹਿੰਦੀ ਹਾਂ ਵੀ ਮੈਂ ਤੇ ਹਜੇ ਖੋਲ ਕੇ ਵੇਖਿਆ ਵੀ ਨਹੀਂ ਆ ਉਹ ਮੈਂ ਕਿਤੇ ਇੱਕ ਅੱਧੀ ਵਾਰਤ ਲੈਂਦੀ ਤੇ ਮੁੜ ਕੇ ਤੂੰ ਵੀ ਕਿਤੇ ਨਾ ਕਿਤੇ ਲੈ ਜਾਂਦੀ ਭਾਵੇਂ ਬੰਦਾ ਜਦੋਂ ਕਿਤੇ ਜਾਣਾ ਆਏ ਬੰਦਾ ਲੈ ਹੀ ਜਾਂਦਾ ਚੀਜ਼ ਵਰਤੀ ਲੈਂਦਾ ਫਿਰ ਕੀ ਆ ਮੈਨੂੰ ਤਾਂ ਗੁੱਸਾ ਆ ਗਿਆ ਹੀ ਭੈਣਾ ਔਰ ਰਾਮ ਦੇ ਰਾਮ ਦੇ ਬਾਬਾ ਹਲੇ ਤੇ ਮੈਂ ਖੋਲ ਕੇ ਵੇਖਿਆ ਤੇ ਤੂੰ ਕਹਤ ਉਹ ਦੀ ਜਿੱਪਾਣਾ ਖਰਾਬ ਕਰਦੀ ਜੇ ਕੱਲ ਨੂੰ ਮੈਂ ਕਿਤੇ ਲੈ ਗਈ ਨਾ ਤੇ ਤੂੰ ਕਹਦ ਨਾ ਪਤਾ ਨਹੀਂ ਇਹਨੂੰ ਕੀ ਕਰ ਲਈ ਆ ਨਹੀਂ 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 ਪਹਿਣਾ ਇੱਕ ਤਾਂ ਤੂੰ ਗੁੱਸਾ ਬੜੀ ਛੇਤੀ ਕਰਦੀ ਆ ਉਹ ਮੇਰੇ ਕਹਿੰਦਾ ਮਤਲਬ ਇਹ ਥੋੜੀ ਹੀ ਤੂੰ ਫੇਰ ਉਹ ਵੇਲਾ ਗੱਲ ਨੂੰ ਦੁਹਰਾਈ ਜਾਂਦੀ ਆ ਬਾਰ-ਬਾਰ ਉਹ ਕੋਈ ਗੱਲ ਨਹੀਂ ਚੱਲ ਤੂੰ ਛੱਡ ਗੁੱਸਾ ਤੇ ਕੋਈ ਨਹੀਂ ਤੂੰ ਵਰਤ ਲਈ ਮੈਨੂੰ ਇੱਕ ਵਾਰੀ ਵਰਤ ਲੈਣ ਦੇ ਤੇ ਫੇਰ ਤੂੰ ਲੈ ਜਾ ਕਦੀ ਜਦੋਂ ਕਿਤੇ ਜਾਣਾ ਹੁੰਦਾ ਵਾ ਠੀਕ ਆ ਤੇ ਹੁਣ ਮੇਰੀ ਭੈਣ ਸਾਡੇ ਘਰ ਦੇ ਸਾਹਮਣੇ ਨਾ ਲਿਆਈ ਤੈਨੂੰ ਤੇ ਅੱਗੇ ਹੀ ਪਤਾ ਵਾ ਉਹ ਤੇ ਮੈਨੂੰ ਅੱਗੇ ਨਹੀਂ ਖਲੋਣ ਦਿੰਦੀ ਤੇ ਜੇ ਪਰਸ ਦਾ ਪਤਾ ਲੱਗ ਗਿਆ ਤੇ ਭੈਣਾ ਫੇਰ ਕੀ ਕਰੂਗੀ ਉਹ ਤੂੰ ਗੱਲ ਨੂੰ ਸਮਝਦੀ ਕਿਉਂ ਨਹੀਂ ਆ ਚਲ ਠੀਕ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਨਾ ਆਪਣਾ ਪਰਸ ਲੈ ਕੇ ਜਾ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਣ ਡਿਆ ਮੇਰੀ ਅਲਮਾਰੀ ਦੇ ਵਿੱਚ ਪਿਆ ਚਲ ਠੀਕ ਆ ਭੈਣਾ ਲੈ ਜਨਨੀ ਆ ਮੈਂ ਪਰ ਮੇਰੀ ਭੈਣ ਆ ਕੰਮ ਨਾ ਕਰੀ ਜਿਹੜਾ ਤੂੰ ਕਹਿਣ ਦੀ ਸੀ ਮੈਂ ਘਰੇ ਲੈ ਆਉਣਾ ਵਾ ਚੰਗਾ ਤੇ ਚੱਲ ਹੁਣ ਕੋਈ ਨਹੀਂ ਮੈਂ ਚੱਲਦੀ ਆ ਅਗੇ ਉਹਨਾਂ ਨੇ ਕਹਿਣਾ ਪਤਾ ਨਹੀਂ ਕਿੱਥੇ ਚਲ ਗਈ ਆ ਮੈਂ ਕਿਹੜਾ ਕਾਰ ਦੱਸ ਕੇ ਆਈ ਆ ਉਹ ਤੇ ਪਰਲੇ ਬਨੇ ਰਹੀਆਂ ਹੀ ਕੰਮ ਕਰਨ ਮਾਵਾਂ ᱛੀਆਂ ਮੈਂ ਚੁੱਪ ਕਰਕੇ ਗੇੜ ਖੋਲ ਕੇ ਆ ਗਈ ਆ ਤੇ ਅਗਲੀਆਂ ਨੇ ਹੋਰ ਗੱਲ ਬਣਾ ਲੈਣੀ ਪਤਾ ਨਹੀਂ ਕਿੱਥੇ ਚਲ ਗਈ ਆ ਚੱਲ ਠੀਕ ਆ ਮੇਰੀ ਭੈਣ ਚੰਗਾ ਇੱਕ ਦੋ ਦਿਨ ਕੱਢ ਤੇ ਫਿਰ ਮੈਂ ਲੈ ਜਾਂਗੀ ਲੈ ਜਾਵੀਂ ਚੇਤੇ ਨਾਲ ਕੋਈ ਨਹੀਂ ਮੈਂ ਲੈ ਜਾਂਗੀ ਗੱਲਾਂ ਬਣਾਉਣੀਆਂ ਨਾ ਕੋਈ ਇਹਦੇ ਕੋ ਸਿੱਖੇ ਕਿ ਢੀ ਆਣ ਕੇ ਵਿਚਾਰੀ ਬਣਨ ਢੀ ਆ ਇਹਦਾ ਮਤਲਬ ਕਿਤੇ ਪਰਸੀ ਨਾਲ ਮਗਰ ਲੈ ਕੇ ਆ ਜੇ ਜੀ ਤੇ ਮੇਰਾ ਡਿਆ ਕਰਨ ਲੈ ਕੇ ਜਾਵਾਂ ਪਰਸ ਦੇਖ ਕਿਵੇਂ ਇਹ ਤੇ ਘਰ ਦੇ ਸਾਹਮਣੇ ਇਹਨੂੰ ਲੱਗ ਪਤਾ ਜਾਵੇ ਬਬਲੂ ਅੱਜ ਕੰਮ ਤੇ ਨਹੀਂ ਗਿਆ ਤੂੰ ਪਾਪਾ ਜੀ ਤੁਹਾਨੂੰ ਨਹੀਂ ਪਤਾ ਜੈਤ ਵਰਵਾ ਆ ਹਾਏ ਇਹ ਮੇਰਾ ਵਿਦਮਾ ਆਗ ਵੇਖਲਾ ਚੇਤਾ ਹੀ ਭੁੱਲ ਗਿਆ ਇਹ ਮੈਨੂੰ ਦੱਸ ਵਰਦਾ ਚੇਤਾ ਰੱਖਿਆ ਕਰੋ ਨਾ ਕੀ ਵਾਰ ਅੱਜ ਦੱਸਾਂ ਚਲ ਕੋਈ ਨਹੀਂ ਗਾਤ ਰੱਖ ਲਾਂਗੀ ਤੇ ਵੀ ਮੇਰੀ ਗੱਲ ਸੁਣ ਮੈਂ ਤੈਨੂੰ ਪੁੱਛਣਾ ਹੀ ਕਿ ਤੇਰੀ ਤਨਖਾਹ ਆ ਗਈ ਆ ਕੱਲ ਦੀ ਤੂੰ ਪਾਰਟੀ ਵੀ ਨਹੀਂ ਦਿੱਤੀ ਲੈ ਦੱਸ। ਉਹ ਭਾਬੀ ਜੀ ਪਾਰਟੀ ਮੈਂ ਕੀ ਦਵਾ ਤਾਨੂੰ ਦੱਸ? ਹੈ? ਕਿਉਂ? ਮੈਂ ਕਿਹੜਾ ਕਿ ਨੌਕਰੀ ਤੇ ਲੱਗ ਗਿਆ ਵਾਂ? ਤੇ ਵੇਹ ਨੌਕਰੀ ਤੋਂ ਘਟਵਾ ਦੱਸ ਸਵੇਰੇ ਜਾਨਾ ਸ਼ਾਮਾ ਨੂੰ ਆਉ ਨਵਾਂ ਨੌਕਰੀ ਤੋਂ ਘਟਵਾ ਦੂੰ। ਚੱਲ ਦੱਸੋ ਕੀ ਖਾਣਾ? ਤੂੰ ਐਦਾਂ ਕਰ ਵੀ ਕੀ ਮੰਗਾਵਾ ਤਰ ਕੋ? ਪੀਜ਼ਾ ਲੈ ਆ। ਨਾਲ ਇੱਕ ਕੋਲਡ ਡਰਿੰਕ ਦੀ ਬੋਤਲ ਲੈ ਵਾ। ਅੱਛਾ। ਹੋਰ 450 ਦਾ ਪੀਜ਼ਾ ਆਉਣਾ ਵਾ। ਹੈ? ਉਹ ਕੋਹ ਕਰ ਨਹੀਂ ਬਣਦਾ। ਨਾਲੇ ਭਾਬੀ ਉਹ ਕਰ ਵੇ ਇੱਕ ਪੀਜਾ ਹੀ ਮੰਗ ਲਿਆ ਵਾ ਕੱਲ ਤੇ 9 ਜੇ ਤਾਜੀ ਦਾਜੀ ਤਨਖਾਹ ਮਿਲੀ ਆ ਤੈਨੂੰ ਤੇ ਸਭੋ ਹੱਸ ਕੇ ਕਹਿਣਾ ਚਾਹੀਦਾ ਵੀ ਲੈ ਭਾਬੀ ਪੀਜੇ ਦੀ ਕਿਹੜੀ ਗੱਲ ਆ ਉਹ ਭਾਬੀ ਜੀ ਤੂੰ ਤੇ ਉਹੀ ਨਾ ਬਸ ਸਰੀ ਰੋਟੀ ਤੋਂ ਛੱਕੜ ਨਹੀਂ ਲਾਉਂਦਾ ਤੂੰ ਉਹ ਮੇਰੀ ਗੱਲ ਸੁਣੋ ਉਹ ਤੁਸੀਂ ਨਵੇਂ-ਨਵੇਂ ਜਦੋਂ ਵਿਆਹੇ ਆਏ ਸੀ ਤੇ ਕੀ-ਕਿਆ ਸੀ ਮੈਨੂੰ ਭਲਾ ਵੀ ਮੈਂ ਸਪਰਿੰਗ ਰੋਲ ਬਣਾ ਕੇ ਖਮੋਣੀ ਆ ਉਹ ਤੁਸੀਂ ਅੱਜ ਤੱਕ ਨਹੀਂ ਮੈਨੂੰ ਖਵਾਏ ਤੇ 450 ਵਾਲੇ ਪੀਜੇ ਦੀ ਤੁਹਾਨੂੰ ਪਹਿਲਾਂ ਹੀ ਪੈ ਗਈ ਆ ਵੇ ਵੇ ਗੱਲਾਂ ਵੇ ਕਿੱਥੋਂ ਪੁੱਟ-ਪੁੱਟ ਕੇ ਲਿਆਉਂਦਾ ਵਾ ਇਹਦੇ ਫਿਰ ਭਾਬੀ ਜੀ ਇਹ ਗੱਲਾਂ ਫਿਰ ਪੁੱਟ-ਪੁੱਟ ਕੇ ਲਿਆਉਣੀਆਂ ਪ ਤੁਸੀਂ ਅਜੇ ਤੱਕ ਮੈਨੂੰ ਕਦੀ ਉਹ ਨਹੀਂ ਖਵਾਏ ਵੀ ਮੈਂ ਬਣਾ ਕੇ ਖਵਾਉਣੀ ਆ ਮੁੜ ਕੇ ਤੁਸੀਂ ਪੇਂਟ ਨੂੰ ਚੱਲ ਗਏ ਸੀ ਤੇ ਮੈਂ ਉਹਨਾਂ ਨੂੰ ਤਰਸਦਾ ਰਿਆਂ ਮੈਂ ਭਾਬੀ ਜੀ ਆ ਤੇ ਖਾਣੇ ਬਣੇ ਕੋਈ ਗੱਲ ਨਹੀਂ ਇਦਾਂ ਕਰਦੇ ਆ ਤੁਸੀਂ ਬਣਾਓ ਸਪ੍ਰਿੰਗ ਰੋਲ ਮੈਂ ਤੁਹਾਨੂੰ ਸਮਾਨ ਲਿਆ ਦੇਣਾ ਨਾਲੇ ਤੁਹਾਡੇ ਹੱਥ ਦੇ ਬਣੇ ਖਾ ਲਾਂਗੇ ਵੇ ਸਪ੍ਰਿੰਗ ਰੋਲ ਨੂੰ ਛੱਡ ਉੱਤੋਂ ਇੰਨੀ ਗਰਮੀ ਆ ਕਿ ਥੇਰ ਸੋਈ ਚ ਫਾਇ ਲੱਗੇ ਰਵਾਂਗੇ ਤੇ ਭਾਬੀ ਜੀ ਉੱਤੋਂ ਇੰਨੀ ਗਰਮੀ ਆ ਮੈਂ ਵੀ ਤੇ ਜਾਣਾ ਹੀ ਆ ਪੀਜ਼ਾ ਲੈਣਾ ਮੈਂ ਤੂੰ ਉਹ ਤੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਤੇ ਗਾਂ ਇੱਥੋਂ ਜਾ ਕੇ ਭੱਜ ਕੇ ਫੜ ਕੇ ਲੈ ਆਉਣਾ ਵਾ ਉਹਨੇ ਤੇ ਉਹ ਆਨਲਾਈਨ ਕਰ ਛੜ ਉਹ ਹੁਣ ਅੱਜ ਕੱਲ ਘਰੇ ਦੇ ਜਾਂਦੇ ਆ ਉਹ ਭਾਬੀ ਜੀ ਉਹ ਤੁਹਾਡੇ ਚੱਲਦੇ ਹੁੰਦੇ ਸ਼ਹਿਰ ਦੇ ਵਿੱਚ ਜੋਮੈਟੋ ਇਹ ਪਿੰਡ ਵਾ ਇੱਥੇ ਨਹੀਂ ਚੱਲਦਾ ਕੋਈ ਜੋਮੈਟੋ ਮੈਂ ਹੈ ਨਾ ਕੋਈ ਗੱਲਾਂ ਬਣਾਉਣੀਆਂ ਤੇ ਨਾ ਧਿਰ ਕੋ ਸਿੱਖੇ ਵੀ ਕਿੱਦਾਂ ਕਿਹੜੀ ਗੱਲ ਨੂੰ ਕਿੱਥੇ ਦੱਬ ਦੇਣਾ ਝਾਟ ਹੀ ਜਾਣ ਕੇ ਭਾਬੀ ਜੀ ਮੇਰੀ ਸੁਣੋ ਗੱਲ ਇਹ ਨਾ ਪਾਰਟੀਆਂ ਕਰਨ ਦਾ ਟਾਈਮ ਨਹੀਂ ਹੈਗਾ ਮੈਂ ਤੁਹਾਡੇ ਨਾਲ ਗੱਲ ਕਰਨੀ ਮੈਨੂੰ ਨਹੀਂ ਪਤਾ ਭਾਜੀ ਨੇ ਕੀਤੀ ਹੋਗੀ ਕਿ ਨਹੀਂ ਮੈਂ ਪਤਾ ਕੀ ਜਾਨਾ ਮੈਂ ਆਣਾ ਵਾ ਆਪਾਂ ਰਲ ਕੇ ਨਾ ਇੱਕ ਮੀਟੀ ਪਾ ਲਈਏ ਥੋੜਾ ਜਿਹਾ ਘਰ ਦਾ ਵੀ ਬਣ ਜੂਗਾ ਨਾਲੇ ਕੋਈ ਚੀਜ਼ ਲਈ ਜਾਂਦੀ ਆ ਕੋਹ ਪੈਸੇ ਮੈਂ ਪਾ ਦਿਆ ਕਰੂੰਗਾ ਤੇ ਕੋਜੇ ਬਾਜੀ ਪਾ ਦਿਆ ਕਰਨਗੇ ਨਾਲੇ ਮੈਂ ਕੱਲ ਗੱਲ ਕੀਤੀ ਸੀ ਬਾਜੀ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਪਾ ਲਾਂਗੇ ਆਪਾਂ ਕਮੇਟੀ ਰਲ ਕੇ ਕਹਿੰਦੇ ਉਹ ਪਾ ਦਾਂਗੇ ਕਮੇਟੀ ਆਹੋ ਬਾਜੀ ਨੇ ਮੈਨੂੰ ਅਜੇ ਕਿਹਾ ਮੈਂ ਕਿਹਾ ਤੁਸੀਂ ਭਾਬੀ ਨੂੰ ਹੀ ਕਰੇ ਮੈਂ ਕਿਹਾ ਭਾਬੀ ਜੀ ਨਾਲ ਤੁਸੀਂ ਗੱਲ ਕਰ ਲਿਓ ਇੱਕ ਵਾਰੀ ਤੇ ਕਿਦਾਂ ਕਹਿੰਦੇ ਵੀ ਆਪਾਂ ਉਹਦਾ ਕਰ ਲਾਂਗੇ ਨਹੀਂ ਤੂੰ ਮੇਰੀ ਗੱਲ ਸੁਣ ਪਹਿਲਾਂ ਘਰ ਚ ਚੱਲ ਸੌਦਾ ਪਾਣੀ ਚੰਗੀ ਤਰ੍ਹਾਂ ਇਹਦੋਂ ਵੀ ਨਹੀਂ ਪਵਾਇਆ ਤੇ ਹੁਣ ਪਹਿਲਾਂ ਉਹ ਝੱਜ ਨਾਲ ਕੰਮ ਤੇ ਕਰ ਲੋ ਕਰ ਦੇ ਕਮੇਟੀਆਂ ਦੀ ਤੈਨੂੰ ਪਹਿਲਾਂ ਹੀ ਪੈ ਗਈ ਆ ਇੱਕ ਤਨਖਾਹ ਤੇਰੇ ਹੱਥ ਤੇ ਆਈ ਆ ਤੇ ਤੈਨੂੰ ਕਮੇਟੀ ਦੀ ਸੁਝਣ ਡੈ ਪਈ ਆ 5000 ਮੈਂ ਪਾਉਣਾ ਤੇ 5000 ਪਾਉਣ ਭਾਜੀ ਵੇਖਿਓ ਦਹਾ ਮਹੀਨੇ ਜਾਂਦੇ ਕਿੰਨੇ ਪੈਸੇ ਬਣਦੇ ਵੇ ਉਹ ਤੇ ਗੱਲ ਤੇਰੀ ਠੀਕ ਆ ਪਰ ਜਿਹੜਾ ਤੂੰ 5-5000 ਕਰਕੇ ਬਾਹਰ ਜੂ ਕਮੇਟੀ ਪਾਉਣ ਡਿਆ ਵਾ ਤੇ ਉਹ ਤੂੰ ਮੈਨੂੰ ਫੜਾਈ ਜਾ ਮੈਂ ਜੋੜ ਦੇਨੀ ਆ ਤੈਨੂੰ ਨਾਲੇ ਵੈਸੇ ਵੀ ਨਾ ਆ ਵੱਡੀਆਂ ਕਮੇਟੀਆਂ ਦੇ ਨਾ ਬਾਹਰ ਰਿਸਕ ਨਹੀਂ ਲੈਣੇ ਚਾਹੀਦੇ ਕੀ ਪਤਾ ਕਿਹੜੇ ਵਲੇ ਕਿਸ ਨੇ ਪੈਸੇ ਮਾਰ ਜਾਣੇ ਆ ਕਮੇਟੀਆਂ ਦਾ ਬੜਾ ਰਿਸਕ ਹੁੰਦਾ ਯੋ ਕਈ ਲੋਕੀ ਤੇ ਆਵੀ ਪੈਸੇ ਲੈ ਕੇ ਗਾਂਹ ਚਲ ਜਾਂਦੇ ਆ ਭਾਬੀ ਜੀ ਪੈਸੇ ਬਾਹਰ ਹੀ ਜੁੜਨੇ ਆ ਕਮੇਟੀਆਂ ਚ ਤੇ ਜਦੋਂ ਲਿਆਂਦੇ ਨਾ 10 ਮਹੀਨਿਆਂ ਦੇ ਇਕੱਠੇ ਪੈਸੇ ਤੇ ਤੂੰ ਹੀ ਫਿਰ ਮੈਨੂੰ ਕਹਿਣਾ ਵਾ ਬਬਲੂ ਆ ਵਧੀਆ ਕੀਤਾ ਜਿਹੜੀ ਕਮੇਟੀ ਪਾਲੀ ਸੀ ਮੈਂ ਮੇਰੀ ਸੁਣ ਗੱਲ ਮੈਨੂੰ ਨਾ ਜਿਆਦਾ ਕਹਾਵਤਾਂ ਜੀਆਂ ਨਾ ਬਣਾਵਣਾ ਕੇ ਦੱਸ ਨਹੀਂ ਖਵਾਉਣਾ ਕੁਛ ਤੇ ਨਾਕਵਾ ਸਿੱਧਾ ਹੀ ਕਹਦੇ ਹਾਂ ਕਿ ਮੈਂ ਨਹੀਂ ਖਵਾਉਣਾ ਹੈਗਾ ਉਹੀ ਤੂੰ ਹੋਂ ਨਾ ਪੈਸਿਆਂ ਦਾ ਪੀਰ ਹੋਣ ਦਾ ਪਹਿਲੀ ਵਾਰੀ ਤਨਖਾਹ ਮਿਲੀ ਉਹ ਤੇ ਕੁਝ ਖਾਣ ਦੀ ਬਜਾਏ ਨਾ ਹੋਰ ਹੀ ਮਰੁਕਾਣੀਆਂ ਜੀਆਂ ਕਿੱਧਰ ਦੀ ਕਿੱਧਰ ਗੱਲ ਲੈ ਕੇ ਤੁਰ ਗਿਆ ਵਾ ਹੱਦ ਹੋ ਗਈ ਏ ਤੇਰੇ ਵਾਲੀ ਵੀ ਖਾਣ ਨਹੀਂ ਹੁਣ ਤੈਨੂੰ ਮੈਂ ਮੋਮੋਜ ਬਣਾ ਕੇ ਦੇ ਨਾਲੇ ਸਪ੍ਰਿੰਗ ਰੋਲ ਬਣਾਉਂਗੀ ਇਹਨੂੰ ਤਾਂ ਮੈਂ ਦੱਸਦੀ ਆ ਨਾ ਕਿ ਟੀ ਸ਼ੈਤੀ ਉਹਨੂੰ ਨਾ ਨੇ ਕਮੇਟੀਆਂ ਦੀ ਹਾਂਗ ਕਰਕੇ ਆਇਆ ਵਾ ਨਾ ਮੇਰੀ ਗੱਲ ਸੁਣੋ ਇੱਧਰ ਕੀ ਗੱਲ ਹੋ ਗਈ ਆ ਰਮਾਨਾ ਸੁੱਤੇ ਹੋ ਇੱਥੇ ਪਹਿਲਾਂ ਤਹੀ ਮੈਨੂੰ ਇਹ ਦੱਸੋ ਤਾਂ ਨੂੰ ਕਿਨੇ ਕਹੇ ਉਹਨੂੰ ਕਮੇਟੀਆਂ ਵਾਂ ਤੇ ਹਾਂ ਕਰਨ ਨੂੰ ਤੂੰ ਹੀ ਪੁੱਛਿਆ ਮੈਨਾਂ ਗੱਲ ਕੀਤੀ ਉਹ ਬਸ ਕਰ ਮੈਨੂੰ ਰੈਸਟ ਕਰਨ ਦੇ ਕੋਈ ਦਿਨ ਸੁੱਕਾ ਜਾਣ ਦਿਆ ਕਰ ਚੈਨ ਵੀ ਕਰ ਲੈਂਦੀ ਯਾਰ ਗੱਲ ਦੇ ਨਾ ਸੁੱਕਾ ਜਾਣ ਦੀ ਥੋੜੀ ਆ ਤੁਸੀਂ ਉਹਨੂੰ ਚੁੱਪ ਕਰਕੇ ਕਿਹਾ ਏਓ ਕਮੇਟੀਆਂ ਪਾ ਲਈਏ ਹੈ ਅਗਲੇ ਨੂੰ ਪਹਿਲੀ ਤਨਖਾਹ ਮਿਲੀ ਤੇ ਅਗਲਾ ਆਪਣੀ ਸੇਵਿੰਗ ਕਰਨ ਦੀ ਸੋਚਣ ਵੀ ਡੈ ਪਿਆ ਵਾ ਤੇ ਤੁਹਾਡੀ ਕੱਲਿਆਂ ਦੀ ਤਨਖਾਹ ਜਿਹੜੀ ਆ ਸਰਕਾਰ ਤੇ ਵਰਤਣ ਦੇ ਆ ਉਹ ਕੋਈ ਗੱਲ ਨਹੀਂ ਕਮੇਟੀ ਪਾਉਂਦਾ ਫਾਇਦਾ ਹੀ ਆ ਨੁਕਸਾਨ ਕੀ ਆ ਮੈਂ ਤਾਂ ਕਹਿੰਨੀ ਆ ਤੁਸੀਂ ਤੇ ਨਾ ਏਨੇ ਭੋਲੇ ਆ ਨਾ ਕੋਈ ਹਿਸਾਬ ਹੀ ਨਹੀਂ ਤੁਹਾਡਾ ਤੁਹਾਡਾ ਇੰਨਾ ਦਿਮਾਗ ਨਹੀਂ ਕੰਮ ਕਰਨਿਆ ਵੀ ਅਗਲੇ ਸਾਰੇ ਤਨਖਾਹ ਤੁਹਾਡੀ ਸਾਂਝੇ ਕਰ ਚ ਵਰਤੀ ਜਾਂਦੇ ਆ ਤੇ ਤੁਹਾਨੂੰ ਤੇ ਉਹਨਾਂ ਨੇ ਛਦਾਈ ਬਣਾ ਦੇਣਾ ਆ ਉਹ ਕੋਣ ਹੁੰਦਾ ਬਾਬਾ ਤੇਰੇ ਦਿਮਾਗ ਕਿਉਂ ਨਹੀਂ ਗੱਲ ਪੈਂਦੀ ਕਮੇਟੀਆਂ ਦੇ ਫਾਇਦੇ ਹੀ ਆ ਨੁਕਸਾਨ ਨਹੀਂ ਆ ਨਾ ਮੇਰੀ ਗੱਲ ਸੁਣੋ ਤੁਹਾਨੂੰ ਉਹਦਾ ਜਿਆਦਾ ਹੀਜ ਚੜਨ ਡਿਆ ਵਾ ਹੈ ਅਗਲੇ ਨੂੰ ਤਾਜੀ ਦਾ ਤਨਖਾਹ ਮਿਲੀ ਆ ਮੈਂ ਹਾਂ ਚੱਲ ਮੈਨੂੰ ਪਬਲਿਕ ਕੋਈ ਪਾਰਟੀ ਕਰ ਦੇ ਕੋਈ ਚੀਜ਼ੀ ਖਵਾ ਦੇ ਹੈਂ ਅਗਲੇ ਨੇ ਮੈਨੂੰ ਅੱਗੋਂ 36 37 ਗੱਲਾਂ ਕੀਤੀਆਂ ਵਾ ਵੀ ਨਹੀਂ ਮੈਂ ਅਗਲੇ ਪੈਸੇ ਆਪਣੇ ਜੋੜਨੇ ਆ ਬਰਬਾਦ ਨਹੀਂ ਕਰਨੇ ਘਰ ਇਦਾਂ ਬਣਦੇ ਆ ਵੇਖਿਆ ਅਗਲਾ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਵਾ ਤੇ ਤੁਸੀਂ ਆ ਕੇ ਜਿਹੜਾ ਨਾ ਜੀ ਕੋਈ ਸਿਰ ਤੇ ਜੂਣ ਹੀ ਸਰਕਦੀ ਤੁਹਾਡਾ ਨਾ ਇੰਨਾ ਮੱਥਾ ਮਾਰਦੀ ਆ ਨਾ ਮੈਂ ਪਰ ਤੁਹਾਨੂੰ ਨਹੀਂ ਸਮਝ ਆਉਂਦੀ ਤੁਸੀਂ ਉੱਤੋਂ ਮੋੜਕੜ ਕੇ ਮੇਰੇ ਸਿਰ ਦੇ ਵਾਲਾਂ ਨੂੰ ਪੈ ਜਾਂਦੇ ਹੋ ਉੱਤੋਂ ਅਗਲੇ ਨਾ ਆਪਣੀਆਂ ਸਲਾਵਾਾਂ ਕਰਦੇ ਫਿਰਨਦੇ ਆ ਵੀ ਅਮਨ ਨੂੰ ਕੋਰਸ ਤੇ ਪਾਉਣਾ ਵਾ ਹੈ ਤੁਹਾਡੇ ਕੋਲੋਂ ਸਹਜੇ ਸਹਜੇ ਸਾਰੇ ਪੈਸੇ ਲੈ ਕੇ ਉਹਨਾਂ ਵੇਖਿਓ ਬਰਬਾਦ ਕਰ ਦੇਣੇ ਆ ਤੇ ਹੁਣ ਤੇ ਬਬਲੂ ਵੀ ਕਮਾਉਣ ਡਿਆ ਪਿਆ ਤੇ ਨਾਲੇ ਆਪਣੇ ਆਉਦੇ ਤੋਂ ਕਰਨਾ ਹਾ ਹੁਣ ਹੁਣ ਤੇ ਕਮਾਉਂਦਾ ਵਾ ਅੱਗੇ ਦਾ ਮੰਨਿਆ ਸੀ ਚਲੋ ਨਹੀਂ ਕਮਾਈ ਕਰਦਾ ਤੇ ਹੁਣ ਕੀ ਗੱਲ ਆ ਉਹਦਾ ਤੂੰ ਇਹ ਵੱਖਾਉਣ ਵਾਲੀ ਗੱਲਾਂ ਕਰਨ ਦੀ ਯਾਰ ਗੱਲ ਵੱਖ ਹੋਣ ਦੀ ਨਹੀਂ ਆ ਤੁਹਾਨੂੰ ਤੇ ਬਸ ਇੱਕੋ ਹੀ ਦਿਮਾਗ ਤੇ ਪੱਟੀ ਚੜੀ ਆ ਵੀ ਖਰੇ ਵੱਖਾਉਣ ਨੂੰ ਕਹਿਣ ਦੀ ਆ ਮੈਨੂੰ ਤੇ ਤੁਸੀਂ ਕਦੀ ਕੋਈ ਚੀਜ਼ ਲੈ ਕੇ ਨਹੀਂ ਦਿੱਤੀ ਜੇ ਮੈਂ ਤੁਹਾਨੂੰ ਉਦੋਂ ਮਾੜਾ ਜਿਹਾ ਕਿਹਾ ਸੀ ਕਿ ਚੱਲਾਂ ਹਾਂ ਕਿ ਦੇਖੋ ਮੰਨ ਚਲੀਏ ਤਾਂ ਤੇ ਤੁਸੀਂ ਮੇਰੇ ਨਾਲ ਲੜਾਈ ਪਾ ਕੇ ਬਹਿ ਗਏ ਸੀ ਜਾਣਾ ਹੀ ਕੀ ਤੇਣੀ ਆ ਉਹ ਘਰ ਚਲਾਉਣ ਲਈ ਬੜਾ ਕੋਸੋਚਣਾ ਪੈਂਦਾ ਵਾ ਤੈਨੂੰ ਪਤਾ ਨਹੀਂ ਹੈਗਾ ਗੱਲਾਂ ਦਾ ਜੇ ਹਾਂ ਜਿਹੜੀਆਂ ਗੱਲਾਂ ਨਾ ਕੱਲੇ ਤੁਸੀਂ ਸੋਚਦੇ ਹੋ ਉਹ ਨਹੀਂ ਸੋਚਦੇ ਹੈਗੇ ਬਾਕੀ ਹੋਰ ਕਿਸੇ ਨੂੰ ਨਹੀਂ ਇਹ ਫਿਕਰ ਹੈਗਾ ਤੇ ਘਰ ਵੀ ਚਲਾਉਣਾ ਵਾ ਅਗਲੇ ਆਪਣੀ ਪਹਿਲਾਂ ਹੀ ਸੇਵਿੰਗ ਕਰਨ ਦੇ ਆ ਪਤਾ ਨਹੀਂ ਬਈ ਤੁਹਾਡੇ ਨਾਲ ਮੈਂ ਨਹੀਂ ਮੱਥਾ ਮਾਰ ਸਕਦੀ ਮੈਨੂੰ ਤਾਂ ਕੋਈ ਨਹੀਂ ਸਮਝਾਉਂਦੀ ਵੀ ਤੁਹਾਡੇ ਨਾਲ ਕਿੱਦਾਂ ਗੱਲ ਕਰਾਂ ਮੈਂ ਮੈਨੂੰ ਤਾਂ ਸਮਝਾਉਣਾ ਵੀ ਨਹੀਂ ਆਉਂਦਾ ਹੁਣ ਪੁੱਜਾ ਤੂੰ ਐਦਾਂ ਦੀ ਗੱਲਾਂ ਕਰਦੀ ਹੈ ਨਾ ਮੇਰਾ ਮਨ ਹੀ ਸੜ ਜਾਂਦਾ ਲੈ ਵੀ ਮੈਂ ਕਹਿੰਦਾ ਛੁੱਟੀ ਆਈ ਕੱਲ ਹੀ ਇੱਥੇ ਉਹ ਬੱਸ ਕਰੋ ਯਾਰ ਕਿਉਂ ਡੇ ਆ ਲੜਨ ਭਾਜੀ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਨਾ ਭਾਬੀ ਨੇ ਕਦੀ ਵੀ ਸਾਨੂੰ ਕਮੇਟੀ ਨਹੀਂ ਪਾਉਣ ਦੇਣੀ ਤੇ ਆ ਹੋਈ ਨਾ ਉਹ ਹੀ ਗੱਲ ਆ ਵੇਖ ਲਿਆ ਜੀ ਆ ਗਏ ਬਲਦੀ ਦੇ ਉੱਤੇ ਤੇਲ ਪਾਉਣ ਆਹ ਕੰਮ ਕਰਦਾ ਹੀ ਓ ਤੁਹਾਨੂੰ ਨਹੀਂ ਪਤਾ ਲੱਗਦਾ ਹੈਗਾ ਤੁਸੀਂ ਹਜੇ ਵੀ ਕਹਿਣਾ ਬੱਸ ਉਹੋ ਹੀ ਚੰਗਾ ਵਾ ਆ ਵੇਖ ਲਓ ਉਹਦੇ ਕੰਮ ਇਹਦਾ ਫਰਜ ਬੰਦਾ ਅੰਦਰ ਆਉਣਾ ਆਪਾਂ ਦੋਵੇਂ ਜੀ ਗੱਲ ਕਰਨ ਦੇ ਆਪਸ ਚ ਕੋਈ ਗੱਲ ਨਹੀਂ ਫਿਰ ਕਿਉਂ ਹੋ ਗਿਆ ਭਰਾ ਜੀ ਮੇਰਾ ਤੇ ਭਰਾ ਵਾ ਦੇ ਦਾ ਮਤਲਬ ਇਹ ਥੋੜੀ ਦੋਵਾਂ ਦੀ ਹੱਜੀਆਂ ਦੇ ਵਿੱਚ ਟੰਗ ਫਸਾਊਗਾ ਆਣ ਕੇ ਭਾਪੀ ਜੀ ਦੀ ਗੱਲ ਨਹੀਂ ਹੁੰਦੀ ਏ ਮੇਰੀ ਸੁਣੋ ਗੱਲ ਮੈਂ ਭਾਜੀ ਨੂੰ ਕੱਲ ਹੀ ਕਹਿਤਾ ਸੀ ਮੈਂ ਭਾਜੀ ਲੱਗਦਾ ਨਹੀਂ ਮੈਨੂੰ ਭਾਬੀ ਨੇ ਕਮੇਟੀ ਪਾਉਂ ਦੇਣੀ ਆ ਪੁੱਛ ਲੋ ਮੂੰਹ ਤੇ ਜੇ ਤੂੰ ਯਾਰ ਇਹਦਾ ਨਾਲ ਗੱਲ ਕੀਤੀ ਕੱਲ ਹੀ ਆ ਕੇ ਇਹ ਗੱਲ ਮੇਰੇ ਤੱਕ ਰੱਖਣੇ ਤੂੰ ਉਹ ਭਾਜੀ ਮੈਂ ਕਹਿੰਨਾ ਆ ਵੀ ਚੱਲ ਗੱਲ ਹੁੰਦੀ ਹੁੰਦੀ ਨਿਕਲ ਹੀ ਜਾਂਦੀ ਆ ਜੇ ਅੱਜ ਦੀ ਤੇ ਕੱਲ ਨੂੰ ਨਿਕਲ ਜਾਣੀ ਸੀ ਨਹੀਂ ਤੇ ਇਹਦਾ ਮਤਲਬ ਆ ਵੀ ਤੂੰ ਹੀ ਹੁਣ ਮੇਰੇ ਤੋਂ ਵੀ ਚੋਰੀਆਂ ਰੱਖੋਗੇ ਚੋਰੀਆਂ ਦੀ ਗੱਲ ਹੀ ਫਿਰ ਤੇਰ ਕੋ ਬਰਦਾਸ਼ਤ ਹੋਈ ਫਿਰ ਪੁੱਛਣਾ ਬਈ ਉਹ ਲੈਣਾ ਇਫਰ ਮੈਨੂੰ ਸਿੱਧਾ ਜਵਾਬ ਦੋ ਮੈਂ ਚੱਲ ਜਾਨੀ ਆ ਤਾਂ ਜੋ ਮਰਜੀ ਖਿਚੜੀ ਪਕਾਈ ਜਾਓ ਸਾਰੇ ਜਣੇ ਆਪੋ ਚੰਗੇ ਬੱਸ ਹੁੰਦੇ ਹੋਈਓ ਜਾਂ ਬਸ ਗੱਲ ਕਰ ਲੋ ਜਮੈਂ ਚੱਲ ਜਾਨੀ ਮੈਂ ਚੱਲ ਜਾਨੀ ਆ ਬਸ ਪਾਜੀ ਉਦਾਂ ਦੇ ਭਾਬੀ ਗੱਲਾਂ ਕਰਦੀ ਕੋਠੀਆਂ ਪਾਉਣੀਆਂ ਕੋਠੀਆਂ ਪਾਉਣੀਆਂ ਤੇ ਇਹ ਭਾਬੀ ਜੀ ਆ ਪੀਜੇ ਪੂਜੇ ਖਾਣਨਾ ਕੋਠੀਆਂ ਨਹੀਂ ਜੇ ਪੈਣੀਆਂ ਜੇ ਪੀਜੇ ਖਾਣੇ ਤਾਂ ਫੇ ਪੀਜਿਆਂ ਵਾਲੀ ਤੋਰ ਪੈਂਦਾ ਬੰਦਾ ਆਹ ਤੂੰ ਤਾਂ ਮੇਰੇ ਲਈ ਮੈਂ ਕਿਹਾ 1 ਵਜੇ 4 ਡੱਬੇ ਲਿਆਂਗੇ ਰੱਖੇ ਪੀਜਿਆਂ ਦੇ ਹਨਾ ਚੱਲ ਬੱਸ ਕਰ ਬੱਸ ਕਰ ਨਾ ਮੁੰਡਾ ਮਾਰੀ ਗੱਲ ਨਹੀਂ ਕਹਣਿਆ ਕੋਈ ਉਹ ਜੇ ਚੰਗੀ ਗੱਲ ਹੁੰਦੀ ਹੈ ਨਾ ਉਹ ਸੁਣ ਅਹੀਂ ਆਪਣੀ ਕਮੇਟੀ ਪਾ ਲੈਨੇ ਆ ਕੋਈ ਗੱਲ ਨਹੀਂ ਤੂੰ ਸਾਰੀ ਤਨਖਾਹ ਪਾ ਪੀਂਦੇ ਦਿਆ ਕਰੋ ਤੇ ਵੇਖ ਲਾਂਗੇ ਭਲਾ ਕਿੰਨੀ ਕਸਾਂਬਦੇ ਆ ਆਹੋ ਤਾਂ ਇਹ ਸਾਰੇ ਨਹੀਂ ਜਾਣ ਨਾਲੇ ਸਾਰੇ ਟੱਬਰ ਨੇ ਜਦੋਂ ਤਨਖਾਹ ਕਰ ਬਸ ਕਰ ਬਸ ਕਰ ਭਰਾਵਾ ਬਸ ਕਰ ਮੰਮੀ ਆਵਾਜ਼ ਆਈ ਤੁਹਾਨੂੰ ਨਹੀਂ ਕਾਦੀ ਆਵਾਜ਼ ਆਈ ਮੈਨੂੰ ਲੱਗਣੇ ਚਦਾਣਾ ਪੂਜਾ ਭਾਵੀ ਬੋਲਣ ਦੀ ਹੁੰਦੀ ਆ ਇੱਥੇ ਨਹੀਂ ਹੋਣਾ ਚਾਹੀਦਾ ਇਹ ਮੇਰੇ ਹਾਂ ਹੋਣੀ ਲੱਗਦਾ ਹੀ ਹੋ ਲੜਾਈ ਲੜਾਈ ਕੋਈ ਵੀ ਕਰਨ ਮਗਾ ਮਾਰਨਾ ਛੋਟੀ ਦਾ ਮੈਂ ਤਾਂ ਰੈਸਟ ਕਰਾਂ ਕਰੇ ਨਿਪਨ ਕੀ ਗੱਲ ਹੋਈ ਆ ਬੜੀ ਬਾਹਰ ਤੱਕ ਆਵਾਜ਼ ਆਨ ਰਹੀ ਤੁਹਾਡੀ ਦੋਹਾਂ ਦੀ ਬੈਠੋ ਮੰਮੀ ਕੋਈ ਗੱਲ ਨਹੀਂ ਐਜੀ ਬੱਜੀ ਗੱਲ ਨਹੀਂ ਹੋਈ ਬੈਠੋ ਦਾ ਸੋਹਣ ਇਹਨਾਂ ਨੂੰ ਵੀ ਕੀ ਗੱਲ ਹੋਈ ਆ ਹੁਣ ਪਰਦਾ ਕਾਤੋਂ ਪਾਉਨੇ ਹੋ ਸਾਰੀ ਗੱਲ ਖੁੱਲ ਕੇ ਕਰਿਆ ਕਰੋ ਜਦੋਂ ਗੱਲਾਂ ਹੋਂਡਾ ਪੀਆ ਫਿਰ ਪਿੱਛੇ ਮੁੜ ਕੇ ਨਹੀਂ ਵੇਖੀਦਾ ਹੁੰਦਾ ਕਰੋ ਮੰਮੀ ਗੱਲ ਕੀ ਹੋਈ ਕੋਈ ਉਹਨੇ ਕਿਹਾ ਕਮੇਟੀ ਪਾ ਲਾਂਗੇ ਤੇ ਮਾੜੀ ਗੱਲ ਕਹੀ ਉਹਨੇ ਕਿ ਕਮੇਟੀ ਕਰ ਲੋ ਤੇ ਕਮੇਟੀ ਪਾਉਂਗਾ ਤੇ 4 ਪੈਸੇ ਜੋੜਨਗੇ ਤੁਹਾਡੇ ਐਦਾਂ ਤਾਂ ਸਾਦੇ ਖਾਦੇ ਜਾਣੇ ਆ ਬੋਲ ਵਾੜਾ ਅੱਗੇ ਬੜਾ ਬੋਲਣ ਦੀ ਨਹੀਂ ਐਵੀ ਕਮਾਈ ਕੱਲੇ ਦੀ ਘਰ ਚ ਵਰਤੀਏ ਤੇ ਉਹਦੀ ਵਿਚਾਰੇ ਇਹਦੀ ਇਹ ਕਮੇਟੀਆਂ ਪਾ ਕੇ ਤੇ ਜੋੜ ਲੀਏ ਹਨਾ ਤੇ ਜੋੜ ਕੇ ਸਾਰੀ ਦੋਈ ਆਪਣੇ ਕੋਲੇ ਰੱਖ ਲੈਣੀ ਤੂੰ ਕਿਹੜਾ ਮੈਨੂੰ ਫੜਾਉਣੀ ਆ ਨਹੀਂ ਪੂਜਾ ਅਸੀਂ ਬਬਲੂ ਕੱਲੇ ਦੇ ਨਹੀਂ ਪਾਉਣਦੇ ਅਸੀਂ ਦੋਹਾਂ ਦੀ ਰਲ ਕੇ ਪਾਉਣੀ ਆ ਵੇਹੜਾ ਜੇ ਤੂੰ ਪਾਉਣੀ ਆ ਠੀਕ ਨਹੀਂ ਤੇ ਅਸੀਂ ਕੱਲੇ ਨੇ ਪਾ ਲੈਣੀ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਉਹਦੇ ਭੈਣ ਦੀ ਪਾ ਲੋ ਕਮੇਟੀ ਤੇ ਬਾਕੀ ਮੈਂ ਆਪਣੇ ਪੈਸੇ ਆਪਣੇ ਘਰੇ ਆਪੇ ਸੰਭਲਾਂਗੀ ਚਲ ਮਰਦੀ ਤੇਰੀ ਮੈਂ ਪੂਜਾ ਤੈਨੂੰ ਇਦਾਂ ਬੋਲਣਾ ਚਾਹੀਦਾ ਮੰਮੀ ਨੂੰ ਕੀ ਸੋਚੋਗੀ ਮੰਮੀ ਹੁਣ ਤੇ ਮੈਂ ਗਲਤ ਕੀ ਕਿਹਾ ਇਹ ਚ ਇਹੋ ਕਿਹਾ ਨਾ ਮੈਂ ਆਪੇ ਘਰੇ ਆਪਣੇ ਪੈਸੇ ਆਪੇ ਸੰਭਲਾਂਗੀ ਸੰਭਲਾਂਗੀ ਆ ਦੱਸ ਵੀ ਅਗਲਾ ਕਰਨ ਵਾਲੀ ਹੈ ਤੇਰੀ ਉਹ ਬੰਦਾ ਆਰਾਮ ਨਾਲ ਗੱਲ ਕਰਦਾ ਤੂੰ ਤਾਂ ਜਦੋਂ ਵੇਖੇ ਭਟਕਦੀ ਰਹਿੰਦੀ ਰਹਿੰਦੀ ਤੇ ਮੈਂ ਵੀ ਆਰਾਮ ਨਾਲ ਹੀ ਕਿਹਾ ਵਾ ਮੈਂ ਕਿਹਾ ਉਹਨਾਂ ਨੂੰ ਹੋਰ ਉੱਡ ਕੇ ਪੈ ਗਈਆਂ ਮੈਂ ਵੀ ਇਹੋ ਕਿਹਾ ਵੀ ਮੈਂ ਆਪੇ ਆਪੇ ਸੰਭਲਾਂਗੀ ਆਪਣੇ ਤੁਸੀਂ ਪਾ ਲਓ ਆਪਣੀ ਕਮੇਟੀ ਅਹੀਂ ਮੈਂ ਕੋਈ ਕਮੇਟੀ ਨਹੀਂ ਪਾਉਣ ਦੇਣੀ ਅਹੀਂ ਆਪਣੇ ਪੈਸੇ ਆਪਣੇ ਘਰੇ ਸੰਭੀ ਜਾਵਾਂਗੇ ਆਪੇ ਚੱਲ ਠੀਕ ਆ ਲਿਆਕ ਦੇ ਨਾ ਤਨ ਮੈਂ ਤਲਖਾ ਸਾਰੀ ਮੇਰੇ ਨਾਲ ਬਲਕਨਾਂ ਨੂੰ ਜੋੜ ਕੇ ਦੱਸਦੀਆਂ ਤੂੰ ਮੈਨੂੰ ਇਹ ਕਿਹੜਾ ਘਾਟਾ ਇਹਨਾਂ ਨਾਲੋਂ ਇਹ ਵੀ ਚਾਰ ਰਦੀਆਂ ਤਾਂ ਆਈਆਂ ਇਹਨਾਂ ਨਾਲੋਂ ਇਹ ਟੱਬਰ ਨੇ ਤੇ ਨਾ ਬਹੁਤਾ ਹੀ ਨਾਸਾਂ ਜੇ ਤੂੰ ਦਿੱਤਾ ਮੇਰੇ ਕਿੱਦਾਂ ਸਾਰੇ ਉੱਤੋਂ ਵੰਡੀਆਂ ਆ ਕੇ ਪੈ ਜਾਂਦੇ ਆ ਕਿਤੇ ਮਾਸਾ ਲੋ ਲਿਆਜ ਨਹੀਂ ਕਰਦੇ ਹੈਗੇ ਤੇ ਕਿਸ ਨੂੰ ਕਿੱਦਾਂ ਦਾ ਲੱਗੂਗਾ ਸਾਰੇ ਜਣੇ ਆ ਕੇ ਬੋਲਣ ਡੈ ਪੈਣੇ ਗੱਲ ਮੰਮੀ ਹੁਣ ਪੂਜਾ ਦੀ ਗੱਲਾਂ ਨਾ ਗੁੱਸਾ ਨਾ ਕਰਿਓ ਉਹਦੇ ਲਈ ਮੈਂ ਮਾਫੀ ਮੰਗਦਾ। ਬਾਜੀ ਗੱਲ ਮਾਫੀ ਮੰਗਣ ਦੀ ਨਹੀਂ ਹੈਗੀ। ਆ ਵੇਖ ਲਓ ਹੁਣ ਮੰਮੀ ਨਾਲ ਵੀ ਕਿੱਦਾਂ ਬੋਲੇ ਆ। ਹੈਂ? ਮੰਮੀ ਨਾਲ ਤੇ ਲਿਆਜ ਕਰ ਲਿੰਦੇ ਮੇਰੇ ਨਾਲ ਤੇ ਚਲੋ ਬੋਲਣਾ ਹੀ ਬੋਲਣਾ ਵਾ। ਮੈਂ ਤੇ ਚਲੋ ਨਿੱਕਾ ਵਾਂ। ਉਹਨੂੰ ਯਾਰ ਬੋਲਣ ਦਾ ਪਤਾ ਲੱਗਦਾ ਨਹੀਂ ਤੈਨੂੰ ਪਤਾ ਹੀ ਨਾ। ਇਹ ਬਾਜੀ ਇਦਾਂ ਚੱਲਣਾ ਨਹੀਂ ਨਾ ਅੱਗੇ ਕੰਮ ਜੇ ਬੋਲਣ ਦਾ ਨਹੀਂ ਪਤਾ ਲੱਗਦਾ। ਮੇਂ ਭਣੇ ਕਰਦੀ ਵਾਕਾਂ ਵਾਲੀਆਂ ਗੱਲਾਂ ਤੇ ਵਾਕ ਹੋ ਕੇ ਮੈਂ ਪਤਾ ਨਹੀਂ ਕਿੰਨੇ ਕ ਪੈਸੇ ਜੋੜ ਲੈਣੇ। ਤੇ ਇਹਦੇ ਸੱਤੇ ਤੇ ਕੋਈ ਜ਼ਿੰਮੇਵਾਰੀ ਨਹੀਂ ਪਈ। ਜਦੋਂ ਪਹੂਗੇ ਨਾ ਇਹਨੂੰ ਲੱਗ ਪਤਾ ਜਾਣਾ ਅਸੀਂ ਤੇ ਤੇ ਨਾ ਹੁੰਦਾ ਹੀ ਨਹੀਂ ਗੱਲ ਕਰਦੇ ਸਾਰਾ ਕੰਮ ਕਰਦੀ ਆ ਮੈਂ ਤੇ ਅਮਨ ਦੋ ਜਣੇ ਖਵ ਜੰਦੀ ਆ ਜੇ ਤੈਨੂੰ ਨਿਗੇ ਨਿਗੇ ਗੱਲਾਂ ਦਸੀਆਂ ਨਾ ਫਿਰ ਤੇ ਸਾਡੇ ਘਰ ਚ ਲੜਾਈ ਰਵੇ ਉਹ ਨਾਲੇ ਭਾਜੀ ਗੱਲ ਸੁਣੋ ਗੱਲ ਕੁਝ ਵੀ ਨਹੀਂ ਹੋਈ ਜੀ ਇੱਥੇ ਭਾਬੀ ਮੇਰੇ ਕੋਲ ਆਏ ਮੈਨੂੰ ਕਹਿੰਦੇ ਇਹ ਪਾਰਟੀ ਦੇ ਵੀ ਤੂੰ ਪਹਿਲੀ ਤਨਖਾਹ ਲਈ ਆ ਉਹ ਮੈਂ ਭਾਬੀ ਜੀ ਪਾਰਟੀ ਇਹਦੀ ਕਾਦੀ ਵੀ ਮੈਂ ਕਿਹੜਾ ਕੋਈ ਨੌਕਰੀ ਤੇ ਲੱਗਾ ਨਾਲੇ ਮੈਂ ਭਾਬੀ ਨੂੰ ਆਖਿਆ ਮੈਂ ਭਾਬੀ ਜੀ ਘਰ ਲਿਆ ਹੁਣਾਂ ਜੀਜਾ ਤੁਸੀਂ ਬਣਾ ਕੇ ਤੇ ਨਾਲੇ ਆਨੂ ਖਵਾਓ ਬਾਹਰੋਂ ਕੀ ਲਿਆਉਣਾ ਉਕੇ ਤੇ ਮੈਂ ਕਰਤੀ ਭਾਜੀ ਗੱਲ ਇਹਦੀ ਕਮੇਟੀਆਂ ਦੀ ਮੈਨੂੰ ਕੀ ਪਤਾ ਭਾਬੀ ਨੇ ਅੰਦਰ ਜਾ ਕੇ ਤੁਹਾਡੇ ਨਾਲ ਕਰ ਲੈਣੀ ਗੱਲ ਬਬਲੂ ਇੱਥੇ ਤੂੰ ਵੀ ਗਲਤ ਆ ਯਾਰ ਤੈਨੂੰ ਨਹੀਂ ਅਗਲ ਕਰਦੇ ਇਹਦੀ ਜਦੋਂ ਕਮੇਟੀ ਮੈਂ ਪਾਉਣੀ ਆ ਘਰ ਦੇ ਵਿੱਚ ਮੈਂ ਚਲਾਉਣਾ ਸਾਰਾ ਇਹਨੂੰ ਪੁੱਛਣ ਦੀ ਲੋੜ ਕੀ ਤੈਨੂੰ ਆ ਗਈ ਉਹ ਭਾਜੀ ਮੈਂ ਤੇ ਤਾਂ ਆਖਿਆ ਮੈਂ ਚਲੋ ਨਿਕਲ ਹੀ ਜਾਂਦੀ ਆ ਗੱਲ ਕੇਵਲੋਂ ਤੇ ਚਲੋ ਤੁਹਾਡੇ ਬਹੁਤਾਂ ਨਿਕਲ ਜਾਵੇ ਵੀ ਮੈਂ ਕਮੇਟੀ ਪਾਉਣਾ ਫੇਰ ਵੀ ਤੇ ਭਾਬੀ ਨੇ ਬੋਲਣਾ ਹੀ ਤੇ ਮੈਂ ਚੱਲ ਮੈਂ ਇੱਥੇ ਗੱਲ ਕਰ ਲੈਣਾ ਕੀ ਪਤਾ ਭਾਬੀ ਮੰਨ ਨਹੀਂ ਜਾਵੇ ਚੱਲ ਵੀ ਭਣ ਜੋ ਇਹ ਕਰਦੀ ਆ ਨਾ ਕਰਨ ਦੇ ਬਾਕੀ ਇਹ ਨਾ ਸਮਝੀ ਇਹੀ ਤੈਨੂੰ ਗਲਤ ਸਮਝਣ ਡਿਆ। ਘਾਰਾ ਪਰ ਇਨੇ ਆ। ਸਾਨੂੰ ਪਤਾ ਇਹ ਕਿੱਦਾਂ ਦੀ ਆ। ਵੇਖਾਂ ਕਿੱਦਾਂ ਢੇ ਆਦੇ ਕੰਨ ਵਾਲਾ ਪਾਉਣਾ। ਜੀ ਮੈਂ ਚੁੱਪ ਕਰਕੇ ਕਮੇਟੀ ਪਾ ਲੈਣੀ ਸੀ। ਦੱਸਿਆ ਹੀ ਕਿਉਂ? ਇਹ ਤੇ ਚੰਗਾ ਆ ਆਦੇ ਮੂੰਹ ਨਿਕਲ ਗਿਆ। ਇੰਨੇ ਤੇ ਚੁੱਪਚੀ ਤੇ ਕਮੇਟੀ ਪਾ ਕੇ ਬਹਿ ਜਾਣਾ ਸੀ। ਜਾੜ ਕੇ ਰੱਖ ਦੇਣਾ ਸੀ ਨਾਲੇ ਸਾਨੂੰ ਵੀ ਅਗਲਿਆਂ ਸਾਰੇ ਪੈਸੇ ਸਾਹਮਣੇ ਰੱਖ ਲੈਣੇ ਸੀ। ਇਹਦੇ ਮਗਰੋਂ ਸਾਣੀਆਂ ਨਾਲ ਲੱਤ ਮਾਰ ਕੇ ਇਹਨੂੰ ਸਾਈਡ ਤੇ ਕਰ ਦੇਣਾ ਸੀ। ਪਤਾ ਨਹੀਂ ਭੀ ਇਹਦੀ ਨਹੀਂ ਸਾਨੂੰ ਸਮਝ ਆਉਂਦੀ ਇਹ ਕਰਦਾ ਕੀ ਫਿਰਦਾ ਆ। ਕੋਈ ਨਹੀਂ। ਇਹ ਤਾਂ ਇਹਨਾ ਹੁਣ ਖਾਸ ਧਿਆਨ ਰੱਖਣਾ ਪਣਾ ਮੈਨੂੰ ਇਹ ਕਰਦਾ ਕੀ ਫਿਰਦਾ ਇਹਨਾਂ ਦੇ ਨਾਲ ਨਹੀਂ ਕੀ ਗੱਲ ਕਰਨ ਦੇ ਤੁਸੀਂ ਮੰਮੀ ਨਾ ਹੁਣੇ ਮੈਂ ਚੁੱਪ ਕਰਕੇ ਕਮੇਟੀ ਪਾ ਲੈਣੀ ਹੀ ਯਾਰ ਤੂੰ ਇਹ ਇਦਾਂ ਦੇ ਕੰਮ ਕਿਉਂ ਕਰਦੇ ਓ ਮੇਰੇ ਤੋਂ ਚੋਰੀਆਂ ਰੱਖਣ ਦੇ ਤੁਸੀਂ ਉਹ ਪਰਾ ਕੁਝ ਨਹੀਂ ਕਹ ਕੰਦੇ ਆਰਾਮ ਕਰ ਤੇ ਮੈਨੂੰ ਬੈ ਜਾ ਸੌਂਦੇ ਘੜੀ ਜੇ ਤੁਸੀਂ ਇਦਾਂ ਚੋਰੀਆਂ ਰੱਖਣੀਆਂ ਨਾ ਤੇ ਜਦੋਂ ਮੈਂ ਚੋਰੀਆਂ ਰੱਖਣ ਤੇ ਆ ਗਈ ਨਾ ਤੇ ਫਿਰ ਘਰ ਉੱਜੜ ਜਾਣਾ ਸਾਰਾ ਹੀ ਪਤਾ ਨਹੀਂ ਤੁਸੀਂ ਕਿਉਂ ਨਹੀਂ ਤਾਂ ਇਹ ਇਦਾਂ ਗੱਲ ਮੰਨਣ ਦੇ ਹੈਗੇ ਉਹ ਬਾਬਾ ਕੋਈ ਗੱਲ ਨਹੀਂ ਆ ਬਹਿ ਜਾ ਬਹਿ ਆਪਾਂ ਮੈਨੂੰ ਅਜ਼ਾਮਨ ਕਰਦੇ ਵਾਰੀ ਬੈਠੀ ਆ ਕਿ ਮੈਂ ਅੱਗੇ ਵੀ ਇਦਾਂ ਹੀ ਦਵਕੇ ਮਾਰ ਕੇ ਬਿਠਾ ਛੱਡਦੇ ਹੋ ਹੋਰ ਕੀ ਹੁਣਾਵਾ